आई थिंक तुसी मेरी सारी आवाज सुन पा रहे हो सारे। तुसी अपना माइक अपने आप म्यूट कर सकते हो। तुसी बहुत सारे जने ने कर लिया अपने आप ही म्यूट, सो मैनू करन दी लोड़ नहीं है। जदों तुसी बोलना होएगा तुसी अपने माइक नू अनम्यूट कर देना। जिहड़े नीचे कंट्रोल नजर आ रहे ने जिस तरह सामने स्क्रीन ते आ रहे ने, इथों म्यूट ते अनम्यूट हो जांदा, तुसी उथों अपना म्यूट जां अनम्यूट कर सकदे हो। हां जी बेटा, करिए शुरू अपना। हां जी सर। हां जी, बाकी जो बच्चे आने आप दोबारा तो रिवाइज कर देंगे एक बारी। देखो ये पेपर बारे पहला भी मैं तुम्हें एक ओरिएंटेशन दी थी कि पेपर सारा प्रैक्टिकल पेपर है। प्रैक्टिकल पेपर तो बहुत इंपॉर्टेंट पेपर है तुहाडे वास्ते। द रीजन बीइंग के ये पेपर जिहड़ियां आप प्रैक्टिकल गल्लां करदे हुंदे आ कि जो तुसी क्लासरूम च जाके टीचर बन के जाना, तुहानू बेसिक नॉलेज होनी चाहीदी है कि तुसी अपनी गल किसी दे सामने रखनी किवें आ, किवें रख सकदे हो। दो तरीके ने मेन, जां तुसी अपनी गल जिथे जॉब लैण वास्ते जाओगे तां लिख के अपना रिज्यूमे दोगे, जां जाके उत्थे अपनी इंटरव्यू दवोंगे। तुहाडे सर्टिफिकेट तों बाद तुहाडी जॉब लैण च दो चीजां ने पहलियां ने कम करना। एक तुहाडी एप्लीकेशन तुसी किवें लिख के दिंदे हो, सैकेंड ਤੁਸੀਂ ਉੱਥੇ ਜਾ ਕੇ ਆਪਣੀ ਇੰਟਰਵਿਊ ਕਿਵੇਂ ਦਿੰਦੇ ਹੋ। ਦੋਨਾਂ ਚ ਦੋ ਸਕਿੱਲਸ ਕੰਮ ਆਈਆਂ ਨੇ, ਇੱਕ ਆਈ ਹੈ ਰਾਈਟਿੰਗ ਸਕਿੱਲ, ਦੂਜੀ ਸਕਿੱਲ ਕਿਹੜੀ ਕੰਮ ਆਈ ਹੈ, ਸਪੀਕਿੰਗ ਸਕਿੱਲ। ਇਹਨਾਂ ਦੋਨੋਂ ਸਕਿੱਲਸ ਨੂੰ ਡਿਵੈਲਪ ਕਰਨ ਵਾਸਤੇ, ਚਾਹੇ ਰਾਈਟਿੰਗ ਸਕਿੱਲ ਹੈ ਚਾਹੇ ਸਪੀਕਿੰਗ ਸਕਿੱਲ ਹੈ, ਇਹਦੇ ਨਾਲ ਸੰਬੰਧਿਤ ਦੋ ਸਕਿੱਲਸ ਹੋਰ ਨੇ ਜਿਨ੍ਹਾਂ ਤੇ ਤੁਹਾਨੂੰ ਮਾਸਟਰੀ ਕਰਨੀ ਪੈਂਦੀ ਹੈ, ਤਾਂ ਤੁਹਾਨੂੰ ਇਹ ਦੋ ਸਕਿੱਲਸ ਆਉਂਦੀਆਂ ਨੇ। ਉਹ ਦੋ ਸਕਿੱਲਸ ਕਿਹੜੀਆਂ ਨੇ, ਇੱਕ ਹੈ ਰੀਡ ਕਰਨਾ। ਜਦੋਂ ਅਸੀਂ ਕੁਝ ਬੋਲਣਾ ਜਾਂ ਲਿਖਣਾ, ਸਾਨੂੰ ਉਸ ਤੋਂ ਪਹਿਲਾਂ ਕੁਝ ਨਾ ਕੁਝ ਪੜ੍ਹਨਾ ਪਏਗਾ। ਜਿੰਨਾ ਵਧੀਆ ਤਰੀਕੇ ਦਾ, ਜਿੰਨਾ ਵਧੀਆ ਕੰਟੈਂਟ ਸਾਡਾ ਪੜਿਆ ਹੋਏਗਾ, ਉਨਾ ਵਧੀਆ ਅਸੀਂ ਲਿਖ ਸਕਦੇ ਆ ਜਾਂ ਬੋਲ ਸਕਦੇ ਆ। ਦੂਜੀ ਸਕਿੱਲ ਉਹਦੇ ਵਿੱਚ ਲੋੜ ਪੈਂਦੀ ਆ ਸੈਕੰਡ ਸਕਿੱਲ ਦੀ, ਜਿਹਨੂੰ ਆਪਾਂ ਕੀ ਕਹਿੰਦੇ ਆ, ਲਿਸਨਿੰਗ ਸਕਿੱਲ। ਤੇ ਜਿਹੜਾ ਪਹਿਲਾ ਯੂਨਿਟ ਹੈ ਤੁਹਾਡਾ ਜਿਹਦੇ ਬਾਰੇ ਤੁਹਾਨੂੰ ਕੰਮ ਦਿੱਤਾ, ਉਹ ਤੁਹਾਡੀ ਲਿਸਨਿੰਗ ਸਕਿੱਲ ਨਾਲ ਰਿਲੇਟਡ ਹੈ। ਇੱਕ ਮੈਂ ਤੁਹਾਨੂੰ ਨੋਟਸ ਪਾਏ ਨੇ ਜਿਹੜੇ PDF ਦੇ ਵਿੱਚ ਪਾ ਕੇ, ਕਮਿਊਨੀਕੇਸ਼ਨ ਬਾਰੇ ਦੱਸਿਆ ਕਿ ਕਮਿਊਨੀਕੇਸ਼ਨ ਹੁੰਦੀ ਕੀ ਹੈ, ਕਮਿਊਨੀਕੇਸ਼ਨ ਦਾ ਮੀਨਿੰਗ ਕੀ ਹੈ, ਫਿਰ ਕਮਿਊਨੀਕੇਸ਼ਨ ਸਕਿੱਲ ਕੀ ਹੁੰਦੀ ਹੈ। ਸਿੰਪਲ ਜੀ ਭਾਸ਼ਾ ਜੇ ਕਮਿਊਨੀਕੇਸ਼ਨ ਸਮਝਣਾ ਹੋਵੇ, ਕਮਿਊਨੀਕੇਸ਼ਨ ਕੋਈ ਵੀ ਚੀਜ਼, ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਜੇ ਮੈਂ ਆਪਣਾ ਮੈਸੇਜ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਕਮਿਊਨੀਕੇਸ਼ਨ ਹੋ ਰਹੀ ਹੈ ਵਧੀਆ। ਦੈਟ ਇਜ਼ ਦ ਸਿੰਪਲ ਡੈਫੀਨੇਸ਼ਨ ਆਫ ਕਮਿਊਨੀਕੇਸ਼ਨ, ਕਿ ਜਦੋਂ ਮੈਸੇਜ ਭੇਜਣ ਵਾਲਾ ਸੈਂਡਰ ਉਹਦੀ ਗੱਲ ਰਿਸੀਵਰ ਤੱਕ ਪਹੁੰਚ ਜਾਵੇ ਤਾਂ ਕਮਿਊਨੀਕੇਸ਼ਨ ਹੋ ਗਈ ਹੈ, ਦੈਟ ਇਜ਼ ਕਾਲਡ ਕਮਿਊਨੀਕੇਸ਼ਨ। ਓਕੇ, ਉਹਦੀਆਂ ਮੈਂ ਕੁਝ ਡਿਟੇਲਸ ਪਾਈਆਂ ਨੇ ਕਿ ਕਮਿਊਨੀਕੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਆ, ਕਮਿਊਨੀਕੇਸ਼ਨ ਦੇ ਬੈਰੀਅਰਸ ਕਿਹੜੇ ਹੁੰਦੇ ਨੇ, ਕਮਿਊਨੀਕੇਸ਼ਨ ਦੇ ਮੋਡਸ ਕਿਹੜੇ ਹੁੰਦੇ ਨੇ, ਤੁਸੀਂ ਉਥੋਂ ਡਿਟੇਲ ਚ ਲਰਨ ਕਰ ਸਕਦੇ ਹੋ। ਤੇ ਉਹਦੇ ਵਿੱਚੋਂ ਦੇਖ ਕੇ ਤੁਸੀਂ ਆਪਣੇ 4 ਜਾਂ 5 ਪੇਜ ਇੰਟਰੋਡਕਸ਼ਨ ਦੇ ਲਿਖ ਲੈਣੇ ਨੇ ਆਪਣੀ ਫਾਈਲ ਦੇ ਵਿੱਚ, ਜਿਹੜੀ ਤੁਹਾਨੂੰ PPT ਭੇਜੀ ਹੈ ਉਸ ਪਾਵਰ ਪੁਆਇੰਟ ਦੇ ਵਿੱਚੋਂ ਹੀ ਤੁਸੀਂ ਆਪਣੇ 4-5 ਪੇਜ ਬਣਾ ਕੇ ਲਿਖ ਲੈਣੇ ਨੇ, ਕਮਿਊਨੀਕੇਸ਼ਨ ਹੈ ਕੀ ਆ, ਉਹਦੀਆਂ ਟਾਈਪਸ ਕੀ ਨੇ, ਉਹਦੇ ਬੈਰੀਅਰਸ ਕੀ ਨੇ। ਇਹਦੇ ਨਾਲ ਤੁਹਾਡਾ ਯੂਨਿਟ 1 ਦਾ ਪਾਰਟ ਇਹ ਖਤਮ ਹੋ ਜਾਂਦਾ। ਫਿਰ ਚੱਲਦਾ ਯੂਨਿਟ ਪਾਰਟ ਦਾ 2 ਪਾਰਟ। ਸੈਕੰਡ ਪਾਰਟ ਦੇ ਵਿੱਚ ਮੈਂ ਤੁਹਾਨੂੰ ਇੱਕ ਸਤਿੰਦਰ ਸਰਤਾਜ ਦੀ ਵੀਡੀਓ ਭੇਜੀ ਹੈ, ਤੁਸੀਂ ਇਹੋ ਜੀ ਕੋਈ ਹੋਰ ਵੀਡੀਓ ਵੀ ਦੇਖ ਸਕਦੇ ਹੋ ਨੈਟ ਦੇ ਉੱਤੋਂ ਜਿਹਨੂੰ ਤੁਸੀਂ ਦੇਖਣਾ ਚਾਹੋ। ਇਹ ਵੀਡੀਓ ਦੇ ਵਿੱਚ ਪਰਪਸ ਕੀ ਸੀ ਦੋਨਾਂ ਦੇ ਵਿੱਚ, ਜਿਹੜੀ ਮੈਂ ਤੁਹਾਨੂੰ ਸ਼ੇਅਰ ਕੀਤੀ ਹੈ ਕਿ ਜਦੋਂ ਸਤਿੰਦਰ ਸਰਤਾਜ ਬੋਲ ਰਿਹਾ ਉਹ ਆਪਣੀ ਨੌਲੇਜ ਨੂੰ ਕਿਵੇਂ ਯੂਜ਼ ਕਰ ਰਿਹਾ, ਆਪਣੀ ਗੱਲ ਆਡੀਅੰਸ ਦੇ ਸਾਹਮਣੇ ਰੱਖਦਾ ਕਿਵੇਂ ਆ, ਫਿਰ ਉਹ ਆਪਦੇ ਵਰਬਲ ਤੇ ਨਾਨ ਵਰਬਲ ਜਿਹੜੇ ਇਮੋਸ਼ਨਸ ਨੇ ਉਹਨਾਂ ਨੂੰ ਕਿਵੇਂ ਸ਼ੋ ਕਰਦਾ, ਇਹ ਸਾਰੀਆਂ ਗੱਲਾਂ ਉਹ ਵੀਡੀਓ 'ਚ ਸਿੱਖਣ ਵਾਲੀਆਂ ਨੇ। ਜਦੋਂ ਆਪਾਂ ਇਹੋ ਜਿਹੇ 5-7 ਵਧੀਆ ਸਪੀਕਰਸ ਨੂੰ ਸੁਣਦੇ ਆ, ਫਿਰ ਅਸੀਂ ਉਹਨੂੰ ਨਕਲ ਕਰਨਾ ਸ਼ੁਰੂ ਕਰ ਦਿੰਨੇ ਆ ਕਿ ਉਹ ਇਸ ਤਰ੍ਹਾਂ ਬੋਲਦਾ ਸੀ, ਗੱਲ ਨੂੰ ਇਸ ਤਰ੍ਹਾਂ ਰੱਖਦਾ ਸੀ, ਆਪਦੀ ਗੱਲ ਨੂੰ ਇਸ ਤਰ੍ਹਾਂ ਪੇਸ਼ ਕਰਦਾ ਸੀ। ਮੀਨਸ ਜੇ ਅਸੀਂ ਬੋਲਣਾ ਤਾਂ ਸਾਨੂੰ ਪਹਿਲਾਂ ਸੁਣਨਾ ਪਏਗਾ। ਛੋਟਾ ਬੱਚਾ ਕਿਵੇਂ ਸਿੱਖਦਾ, ਛੋਟੇ ਬੱਚੇ ਦੇ ਸਾਹਮਣੇ ਪਹਿਲਾਂ ਉਹਦੇ ਮਾਂ ਪਿਓ ਜਾਂ ਉਹਦੇ ਵੱਡੇ ਬ੍ਰਦਰ ਸਿਸਟਰ ਜਾਂ ਉਹਦੇ ਘਰ ਦੇ ਮੈਂਬਰ ਬੋਲਦੇ ਨੇ, ਜਿਸ ਤਰ੍ਹਾਂ ਬੋਲਦੇ ਨੇ ਉਹ ਸੁਣਦਾ, ਸੁਣਨ ਤੋਂ ਬਾਅਦ ਉਹਨਾਂ ਨੂੰ ਇਮੀਡੀਏਟ ਕਰਦਾ, ਨਕਲ ਕਰਨ ਦੀ ਕੋਸ਼ਿਸ਼ ਕਰਦਾ। ਸੇਮ ਤਰੀਕੇ ਨਾਲ ਹੁਣ ਅਸੀਂ ਵੱਡੇ ਹੋ ਗਏ ਹਾਂ, ਹੁਣ ਅਸੀਂ ਨਕਲ ਕਿਹਦੀ ਕਰ ਰਹੇ ਹਾਂ, ਕਿਸੇ ਵਧੀਆ ਸਪੀਕਰ ਦੀ। ਜਿੰਨੇ ਤੁਸੀਂ ਵਧੀਆ 2, 4, 5, 10 ਸਪੀਕਰ ਸੁਣੋਗੇ, ਉਹਨਾਂ ਸਪੀਕਰਸ ਨੂੰ ਸੁਣ ਕੇ ਤੁਹਾਨੂੰ ਲੱਗੇਗਾ ਮੈਂ ਵੀ ਇਹਨਾਂ ਵਾਂਗੂ ਬੋਲਾਂ। ਸੋ ਉਸੇ ਪਰਪਸ ਨਾਲ ਤੁਹਾਨੂੰ ਇੱਕ ਵੀਡੀਓ ਪਾਈ ਸੀ ਕਿ ਤੁਸੀਂ ਕਿਸੇ ਇੱਕ ਨੇਟਿਵ, ਹੁਣ ਤੁਸੀਂ ਆਪਣੀ ਫਾਈਲ 'ਚ ਲਿਖ ਸਕਦੇ ਹੋ ਨੇਟਿਵ ਸਪੀਕਰ ਸਤਿੰਦਰ ਸਰਤਾਜ, ਉਹਨੇ ਕਿਹੜੇ ਟੌਪਿਕ ਤੇ ਬੋਲਿਆ, ਸੂਫੀਆਨਾ ਗਾਇਕੀ ਤੇ ਬੋਲਿਆ,
ਉਹਦੇ ਇਮੋਸ਼ਨਸ ਕੀ ਸੀ, ਉਹਨੇ ਕਿਵੇਂ ਪ੍ਰੈਜ਼ੈਂਟ ਕੀਤਾ, ਤੁਸੀਂ ਉਹ ਸਾਰੀਆਂ ਗੱਲਾਂ ਨੂੰ ਵਨ ਬਾਈ ਵਨ ਕਰਕੇ ਆਪਣੀ ਕਾਪੀ ਦੇ ਵਿੱਚ ਉਹਦਾ ਸਾਰ ਲਿਖਣਾ। ਸਾਰੀ ਇੰਟਰਵਿਊ ਨਹੀਂ ਲਿਖਣੀ ਹੈਗੀ ਕਿ ਉਹਨੇ ਬੜੇ ਵਧੀਆ ਤਰੀਕੇ ਨਾਲ ਉਸ ਚੀਜ਼ ਨੂੰ ਐਕਸਪ੍ਰੈਸ ਕੀਤਾ, ਬੜੇ ਵਧੀਆ ਤਰੀਕੇ ਨਾਲ ਆਡੀਅੰਸ ਦੇ ਆਨਸਰ ਦੇ ਰਿਹਾ ਸੀ। ਇਸ ਤਰੀਕੇ ਨਾਲ ਤੁਸੀਂ ਇਫੈਕਟਿਵ ਤਰੀਕੇ ਨਾਲ ਦੱਸ ਸਕਦੇ ਹੋ ਕਿ ਤੁਸੀਂ ਵੀਡੀਓ 'ਚ ਦੇਖਿਆ ਕੀ। ਜਦੋਂ ਹੁਣ ਤੁਸੀਂ ਵੀਡੀਓ ਦੇਖੀ ਆ, ਤੁਹਾਡੇ ਮਾਈਂਡ 'ਚ ਕੁਝ ਸਵਾਲ ਆ ਗਏ ਕਿ ਬੋਲਣ ਲੱਗੇ ਆਈ ਕੰਟੈਕਟ ਕਿਵੇਂ ਬਣਾ ਕੇ ਰੱਖਣਾ, ਬੋਲਣ ਲੱਗੇ ਆਡੀਅੰਸ ਨੂੰ ਕਿਵੇਂ ਜੋੜਨਾ, ਬੋਲਣ ਲੱਗੇ ਉਦਾਹਰਣਾਂ ਕੀ ਦੇਣੀਆਂ ਨੇ, ਹੁਣ ਉਹ ਤੁਸੀਂ ਸਾਰਾ ਕੁਝ ਇੱਕ ਤਰੀਕੇ ਨਾਲ ਇਹੋ ਜਿਹੀਆਂ ਵੀਡੀਓਜ਼ ਤੋਂ ਸਿੱਖ ਲਿਆ। ਚਾਹੇ ਉਹ ਵੀਡੀਓ ਹੋਵੇ, ਚਾਹੇ ਤੁਹਾਡਾ ਕੋਈ ਟੀਚਰ ਬੋਲ ਰਿਹਾ। ਇਹ ਸਿੱਖਣ ਤੋਂ ਬਾਅਦ ਇਹਦਾ ਸੀ ਪਾਰਟ ਦੇਖੋ, ਯੂਨਿਟ ਏ ਦਾ, ਜਿਹੜੀ ਯੂਨਿਟ 1 ਹੈ, ਯੂਨਿਟ 1 ਦਾ ਸੀ ਪਾਰਟ ਕੀ ਹੈ। ਹੁਣ ਤੁਸੀਂ ਆਪਦੇ ਛੋਟੇ ਛੋਟੇ ਗਰੁੱਪ ਬਣਾ ਲੈਣੇ ਨੇ, ਤੁਹਾਡੇ ਗਰੁੱਪ ਆਲਰੇਡੀ ਬਣੇ ਹੋਏ ਨੇ, ਕੋਈ 4 ਬੱਚਿਆਂ ਦਾ ਗਰੁੱਪ ਆ, ਕੋਈ 3 ਬੱਚਿਆਂ ਦਾ ਗਰੁੱਪ ਆ, ਕੋਈ 5 ਬੱਚਿਆਂ ਦਾ ਗਰੁੱਪ ਹੈ। ਉੱਥੇ ਤੁਸੀਂ ਕੋਈ ਛੋਟਾ ਜਿਹਾ ਇਨਸੀਡੈਂਟ ਆਪਣਾ ਸੁਣਾ ਕੇ ਦੇਖੋ ਉਹਨਾਂ ਨੂੰ। ਹੁਣ ਤੁਸੀਂ ਇੱਕ ਗੱਲ ਯਾਦ ਕਰੋ ਕਿ ਮੰਨ ਲਓ ਆਪਾਂ ਕਪਿਲ ਸ਼ਰਮਾ ਦਾ ਸ਼ੋਅ ਦੇਖਦੇ ਹਾਂ। ਹੁਣ ਕਪਿਲ ਸ਼ਰਮਾ ਦੇ ਸ਼ੋਅ 'ਚ ਤੁਸੀਂ ਇੱਕ ਚੀਜ਼ ਦੇਖੀ ਹੋਣੀ ਹੈ ਕਿ ਜਦੋਂ ਆਪਾਂ ਉਹ ਕੋਈ ਗੱਲ ਬੋਲਦਾ, ਉਹਦਾ ਬੋਲਣ ਦਾ ਇੱਕ ਤਰੀਕਾ ਹੁੰਦਾ, ਉਹ ਤਰੀਕੇ ਨਾਲ ਬੋਲਦਾ ਤੇ ਸਾਨੂੰ ਤੇ ਹਾਸਾ ਆਉਂਦਾ। ਜੇ ਅਸੀਂ ਉਹੀ ਗੱਲ ਆਪ ਬੋਲਣ ਦੀ ਕੋਸ਼ਿਸ਼ ਕਰੀਏ, ਸਾਨੂੰ ਸ਼ਾਇਦ ਹਾਸਾ ਨਾ ਆਵੇ। ਸੋ ਇਸ ਕਰਕੇ ਪਹਿਲੀ ਗੱਲ ਕੀ ਹੈ ਕਿ ਜਦੋਂ ਅਸੀਂ ਕਿਸੇ ਬੰਦੇ ਨੂੰ ਦੇਖਦੇ ਹਾਂ, ਕਾਪੀ ਕਰਦੇ ਹਾਂ, ਚਾਹੇ ਅਸੀਂ ਸਾਰਾ ਕਾਪੀ ਨਾ ਕਰ ਸਕੀਏ, ਲੇਕਿਨ ਅਸੀਂ ਕੁਛ ਨਾ ਕੁਛ ਕਾਪੀ ਕਰਨਾ ਸਿੱਖ ਜਾਂਦੇ ਹਾਂ। ਸੋ ਹੁਣ ਇਹੋ ਜਿਹੀਆਂ ਵੀਡੀਓਜ਼ ਦੇਖ ਕੇ ਉਹਨੂੰ ਐਨਾਲਾਈਜ਼ ਕਰੋ, ਉਹਨੂੰ ਆਪਦੀ ਕਾਪੀ ਤੇ ਲਿਖੋ 2 ਪੇਜ ਕਿ ਆਹ ਵੀਡੀਓ ਦੇਖੀ, ਉਹਦੇ ਵਿੱਚ ਜਿਹੜਾ ਸਪੀਕਰ ਸੀ ਬਹੁਤ ਇਫੈਕਟਿਵ ਤਰੀਕੇ ਨਾਲ ਬੋਲ ਰਿਹਾ ਸੀ, ਉਦਾਹਰਣਾਂ ਬੜੀ ਵਧੀਆ ਦਿੱਤੀਆਂ ਉਹਨੇ, ਸਾਰਿਆਂ ਨੂੰ ਮੁਕਾਤਬ ਹੋ ਕੇ ਬੋਲ ਰਿਹਾ ਸੀ, ਉਹਦੇ ਆਹ ਚੀਜ਼ਾਂ ਸਾਨੂੰ ਚੰਗੀਆਂ ਲੱਗੀਆਂ। ਇਹ ਕੀ ਹੋ ਗਿਆ, ਉਸ ਵੀਡੀਓ ਦਾ ਐਨਾਲਿਸਿਸ, ਕਿਸੇ ਨੇਟਿਵ ਸਪੀਕਰ ਦਾ ਐਨਾਲਿਸਿਸ। ਚਾਹੇ ਤੁਸੀਂ ਕਿਸੇ ਹੋਰ ਵੀ ਸਬਜੈਕਟ 'ਚ ਦੇਖ ਕੇ ਲਿਖ ਲਓ, ਕੋਈ ਫਰਕ ਨਹੀਂ ਪੈਂਦਾ ਹੈਗਾ। ਭਾਵ ਕੀ ਆ, ਪਹਿਲੇ ਪਾਰਟ 'ਚ ਕੀ ਲਿਖਿਆ ਸੀ, ਇੰਟਰੋਡਕਸ਼ਨ ਲਿਖਤੀ ਕਮਿਊਨੀਕੇਸ਼ਨ ਦੀ, ਦੂਜੇ ਪਾਰਟ ਦੇ ਵਿੱਚ ਨੇਟਿਵ ਸਪੀਕਰ ਨੂੰ ਸੁਣਿਆ, ਉਹਦੇ ਬਾਰੇ 1.5 ਪੇਜ। ਤੀਜਾ ਕੰਮ ਆ ਗਿਆ, ਤੁਸੀਂ ਹੁਣ ਆਪਣੇ ਗਰੁੱਪਾਂ ਦੇ ਵਿੱਚ ਕੋਈ ਛੋਟੀ ਜਿਹੀ ਘਟਨਾ ਜਿਹੜੀ ਤੁਹਾਡੇ ਨਾਲ ਵਾਪਰੀ ਹੋਵੇ, ਜਿਵੇਂ ਆਪਾਂ ਮਿੰਨੀ ਸਟੋਰੀ ਦਾ ਕੰਪੀਟੀਸ਼ਨ ਕਰਵਾ ਰਹੇ ਹਾਂ, ਮਿੰਨੀ ਸਟੋਰੀ ਵੀ ਕੀ ਆ, ਤੁਹਾਡੇ ਨਾਲ ਵਾਪਰੀ ਹੋਈ ਕੋਈ ਘਟਨਾ, ਐਨੀਥਿੰਗ ਵਿਚ ਹੈਪਨਡ ਵਿਦ ਯੂ ਪੀਪਲ ਔਰ ਯੂ ਹੈਵ ਅਬਜ਼ਰਵ ਇਟ, ਜਾਂ ਤੁਸੀਂ ਉਹ ਦੇਖੀ ਆ ਕਿਤੇ। ਹੁਣ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਮਾਇੰਡ ਦੇ ਵਿੱਚ ਹੋਈਆਂ ਹੋਣਗੀਆਂ। ਪਹਿਲੇ ਦਿਨ ਕਾਲਜ ਕਿਵੇਂ ਆਏ ਸੀ ਤੁਸੀਂ, ਪਹਿਲੇ ਦਿਨ ਕਾਲਜ ਆ ਕੇ ਕੀ ਚੰਗਾ ਹੋਇਆ, ਕੀ ਮਾੜਾ ਹੋਇਆ, ਜਦੋਂ ਤੁਸੀਂ ਪਹਿਲੀ ਵਾਰ BA 'ਚ ਐਡਮਿਸ਼ਨ ਲੈਣ ਗਏ ਸੀ, ਉੱਥੇ ਕੀ ਹੋਇਆ ਕੀ ਨਹੀਂ ਹੋਇਆ, BA ਦੇ 3 ਸਾਲਾਂ ਦੇ ਵਿੱਚ ਤੁਹਾਡਾ ਸਭ ਤੋਂ ਵਧੀਆ ਐਕਸਪੀਰੀਅੰਸ ਕਿਹੜਾ, BA ਦੇ 3 ਸਾਲਾਂ 'ਚ ਸਭ ਤੋਂ ਮਾੜਾ ਐਕਸਪੀਰੀਅੰਸ ਕਿਹੜਾ, BED ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਵਧੀਆ ਲੱਗੀ। ਇਹੋ ਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹੋ ਸਕਦੀਆਂ ਨੇ, ਜਿਨ੍ਹਾਂ ਨੂੰ ਹੁਣ ਤੁਸੀਂ 2 ਜਾਂ 4 ਮਿੰਟ ਦੇ ਵਿੱਚ ਬੋਲ ਕੇ ਦੇਖਣਾ ਕਿ ਮੈਂ ਕਿੰਨੇ ਵਧੀਆ ਤਰੀਕੇ ਨਾਲ ਉਹ ਗੱਲ ਦੀ ਵਿਆਖਿਆ ਕਰ ਸਕਦਾ, ਗੱਲ ਨੂੰ ਬੋਲ ਸਕਦਾ। ਇਹ 3 ਪਾਰਟ ਨੇ ਤੁਹਾਡੇ ਯੂਨਿਟ 1 ਦੇ, ਪਾਰਟ A, ਪਾਰਟ B, ਪਾਰਟ C। ਹੁਣ ਤਕਰੀਬਨ 25-26 ਬੱਚੇ ਐਡ ਹੋ ਗਏ ਨੇ, ਹੁਣ ਜਿਹੜੇ ਬਾਅਦ 'ਚ ਐਡ ਹੋਏ ਮੈਂ ਰਿਵਾਈਜ਼ ਕਰ ਦਿੰਦਾ ਇੱਕ ਵਾਰੀ ਫੇਰ ਤੋਂ। ਪਹਿਲਾ ਪੁਆਇੰਟ ਕੀ ਹੈ, ਤੁਹਾਡੇ ਯੂਨਿਟ 1 ਦਾ A ਪਾਰਟ ਸੀ ਥਿਊਰੀ। ਜਦੋਂ ਤੁਸੀਂ ਆਪਣੀ ਫਾਈਲ ਲਿਖਣੀ ਸ਼ੁਰੂ ਕਰੋਗੇ, ਉਹਦੇ ਸ਼ੁਰੂਆਤ ਦੇ ਵਿੱਚ 3-4 ਪੇਜ ਲਿਖੋਗੇ ਕਿ ਕਮਿਊਨੀਕੇਸ਼ਨ ਹੁੰਦੀ ਕੀ ਹੈ, ਉਹਦੇ ਬਾਰੇ ਤੁਹਾਨੂੰ ਮੈਂ ਇੱਕ PDF ਫਾਈਲ ਪਾਤੀ ਆ, ਜਿਹਦੋਂ ਦੇਖ ਕੇ ਤੁਸੀਂ ਆਰਾਮ ਨਾਲ ਹੁਣ 2-3 ਪੇਜ ਆਪਣੀ ਮਰਜ਼ੀ ਦੇ, ਚਾਹੇ ਪੰਜਾਬੀ 'ਚ ਲਿਖੋ, ਚਾਹੇ ਇੰਗਲਿਸ਼ 'ਚ ਲਿਖੋ, ਚਾਹੇ ਹਿੰਦੀ 'ਚ ਲਿਖੋ, ਜਿਹੜਾ ਤੁਹਾਡਾ ਮੀਡੀਅਮ ਆ, ਕੋਈ ਮੀਡੀਅਮ ਦੀ ਪ੍ਰੋਬਲਮ ਨਹੀਂ ਹੈਗੀ। ਉਸ ਤੋਂ ਬਾਅਦ ਅਗਲਾ ਕੰਮ ਕੀ ਆ ਗਿਆ, ਤੁਹਾਨੂੰ ਇੱਕ ਵੀਡੀਓ ਦਿਖਾਤੀ ਹੈ, ਇਹੋ ਜੀ ਵੀਡੀਓ ਤੁਸੀਂ ਕੋਈ ਹੋਰ ਵੀ ਦੇਖ ਸਕਦੇ ਹੋ। ਜਿਹੜੀ ਵੀਡੀਓ ਦੇਖੀ ਆ ਉਹਦਾ ਯੂਟਿਊਬ ਦਾ ਉੱਥੇ ਲਿਖ ਦਿਓ, ਲਿੰਕ ਲਿਖ ਦਿਓ ਥੱਲੇ, ਪਾ ਦਿਓ ਕਿ ਸਤਿੰਦਰ ਸਰਤਾਜ TEDx ਟਾਕ ਐਟ ਚੰਡੀਗੜ੍ਹ। ਜੇ ਤੁਸੀਂ ਕੋਈ ਹੋਰ ਵੀਡੀਓ ਦੇਖੀ ਆ, ਉਹ ਵੀਡੀਓ ਦਾ ਲਿੰਕ ਪਾ ਦਿਓ, ਉਸ ਬੰਦੇ ਦਾ ਨਾਮ ਪਾ ਦਿਓ, ਕਿੱਦਾਂ ਦੀ ਵੀਡੀਓ ਆ ਉਹਦੇ ਬਾਰੇ ਡਿਟੇਲ ਪਾ ਦਿਓ। ਉਹ ਤੋਂ ਬਾਅਦ 1.5 ਪੇਜ ਦੇ ਵਿੱਚ ਉਹ ਵੀਡੀਓ ਬਾਰੇ ਲਿਖ ਦਿਓ ਕਿ ਇਹ ਵੀਡੀਓ ਇਸ ਟੌਪਿਕ ਤੇ ਗੱਲ ਹੋ ਰਹੀ ਸੀ, ਬੋਲਣ ਵਾਲੇ ਸਪੀਕਰ ਨੇ ਆਇਆ ਇਹ ਚੀਜ਼ਾਂ ਸਮਝਾਈਆਂ, ਉਹਦਾ ਬੋਲਣ ਦਾ ਜਿਹੜਾ ਤਰੀਕਾ ਸੀ ਬਹੁਤ ਵਧੀਆ ਸੀ, ਉਹਦੀਆਂ ਉਦਾਹਰਣਾਂ ਬਹੁਤ ਮੇਲ ਖਾਂਦੀਆਂ ਸੀ, ਉਹ ਬੋਲਦਾ ਨਾ ਬਹੁਤ ਤੇਜ਼ ਬੋਲ ਰਿਹਾ ਸੀ ਨਾ ਬਹੁਤ ਹੌਲੀ ਬੋਲ ਰਿਹਾ ਸੀ, ਬੋਲਣ ਲੱਗੇ ਆਡੀਅੰਸ ਨੂੰ ਨਾਲ ਲੈ ਕੇ ਚੱਲ ਰਿਹਾ ਸੀ। ਇਸ ਤਰ੍ਹਾਂ ਦੀਆਂ ਗੱਲਾਂ ਲਿਖ ਕੇ 1.5 ਪੇਜ ਬਣਾ ਸਕਦੇ ਹੋ। ਹੁਣ ਤੀਜਾ ਪੁਆਇੰਟ ਆ ਗਿਆ ਕਿ ਦੋਨੋਂ ਚੀਜ਼ਾਂ ਦੇਖਣ ਤੋਂ ਬਾਅਦ ਕਮਿਊਨੀਕੇਸ਼ਨ ਬਾਰੇ ਥਿਊਰੀ ਵੀ ਪੜ੍ਹ ਲਈ ਤੇ ਕਮਿਊਨੀਕੇਸ਼ਨ ਦੀ ਇੱਕ ਲਿਸਨਿੰਗ ਦੀ ਵੀਡੀਓ ਦੇਖ ਲਈ ਹੈ। ਹੁਣ ਉਹ ਤੋਂ ਬਾਅਦ ਤੁਸੀਂ ਕੀ ਕਰਨਾ, ਆਪਣੇ ਨਾਲ ਵਾਪਰੀ ਕਿਸੇ ਇੱਕ ਘਟਨਾ, ਉਹ ਕਲਪਨਿਕ ਵੀ ਹੋ ਸਕਦੀ ਹੈ, ਉਹ ਸੱਚੀ ਘਟਨਾ ਵੀ ਹੋ ਸਕਦੀ ਹੈ, ਉਹਨੂੰ ਆਪਣੇ ਛੋਟੇ ਛੋਟੇ 4-4, 5-5 ਦੇ ਫਰੈਂਡਸ ਦੇ ਗਰੁੱਪ ਦੇ ਵਿੱਚ ਬੋਲ ਕੇ ਉਹਨੂੰ ਦੱਸ ਕੇ ਦੇਖੋ। ਫਿਰ ਜਿਹੋ ਜਿਹੋ ਤੋਂ ਸੁਜੈਸ਼ਨ ਆਉਂਦੇ ਨੇ ਕਿ ਤੂੰ ਬਹੁਤ ਤੇਜ਼ ਬੋਲ ਗਿਆ, ਤੇਰੀ ਗੱਲ ਸਮਝ ਨਹੀਂ ਆਈ, ਤੈਂ ਗੱਲ ਦੇ ਵਿੱਚ ਇੱਥੇ ਠਹਿਰਾ ਦੇਣਾ ਸੀ, ਤੂੰ ਆਪਣੀ ਗੱਲ ਬਹੁਤ ਤੇਜ਼ ਬੋਲ ਰਿਹਾ, ਹੌਲੀ ਬੋਲ ਰਿਹਾ, ਤੈਂ ਉਦਾਹਰਣ ਕੋਈ ਨਹੀਂ ਦਿੱਤੀ ਹੈਗੀ। ਜਿੱਦਾਂ ਦੇ ਪੋਜ਼ਿਟਿਵ ਤੇ ਨੈਗੇਟਿਵ ਸੁਜੈਸ਼ਨ ਆਉਂਦੇ ਨੇ ਉਹਨਾਂ ਨੂੰ ਨੋਟ ਕਰ ਲਓ,
ਤੁਹਾਡੀ ਗੱਲਬਾਤ ਚ 5 ਪੁਆਇੰਟ ਵਧੀਆ ਕਿਹੜੇ ਸੀ, 5 ਪੁਆਇੰਟ ਇੰਪਰੂਵਮੈਂਟ ਵਾਲੇ ਕਿਹੜੇ ਸੀ, ਇਹਦੇ ਨਾਲ ਤੁਹਾਡਾ ਯੂਨਿਟ 1 ਪੂਰਾ ਹੋ ਗਿਆ ਤੁਹਾਡੀ ਈਪੀਸੀ 4.2 ਕਮਿਊਨੀਕੇਸ਼ਨ ਵਾਲੀ ਫਾਈਲ ਦਾ। ਇੱਕ ਪੂਰਾ ਯੂਨਿਟ ਤੁਹਾਡਾ ਕੰਪਲੀਟ ਹੋ ਗਿਆ। ਤੁਸੀਂ 2-4 ਪੇਜ ਕਮਿਊਨੀਕੇਸ਼ਨ ਦੀ ਥਿਊਰੀ ਲਿਖੀ, 1-1.5 ਪੇਜ ਜਿਹੜੀ ਵੀਡੀਓ ਦੇਖੀ ਉਹਦੇ ਬਾਰੇ ਸਾਰ ਲਿਖਿਆ, ਫਿਰ ਜਿਹੜੀ ਵੀਡੀਓ ਤੁਸੀਂ ਰਿਕਾਰਡ ਕੀਤੀ ਜਾਂ ਆਡੀਓ ਤੁਸੀਂ ਰਿਕਾਰਡ ਕੀਤੀ ਉਹ ਆਪਣੇ ਫਰੈਂਡਸ ਨੂੰ ਭੇਜ ਕੇ, ਜਿਹੋ ਜਿਹੇ ਸੁਜੈਸ਼ਨ ਆਏ ਫਰੈਂਡਸ ਨੂੰ ਨਹੀਂ ਭੇਜੀ, ਆਪਣੇ ਸਿਸਟਰ ਬ੍ਰਦਰ ਤੋਂ ਕਿਸੇ ਤੋਂ ਵੀ ਸੁਜੈਸ਼ਨ ਲੈ ਸਕਦੇ ਹੋ, ਬੈਟਰ ਹੈ ਕਿ ਤੁਹਾਡੇ ਦੋਸਤਾਂ ਤੋਂ ਲਵੋ। ਤਾਂ ਇਸ ਤਰੀਕੇ ਨਾਲ ਕੀ ਹੋ ਗਿਆ, ਤੁਹਾਡਾ 1 ਯੂਨਿਟ ਦਾ ਕੰਮ ਪੂਰਾ ਹੋ ਗਿਆ। ਨਾਓ ਮੈਂ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਕਰ ਰਿਹਾ, ਜਾਂ ਤੁਸੀਂ ਜਿਹਨੇ ਕੁਐਸਚਨ ਕਰਨਾ ਉਹ ਆਪਣੇ ਆਪ ਨੂੰ ਅਨਮਿਊਟ ਕਰ ਲਓ। ਜਿਹੜੇ ਵੀ ਬੱਚੇ ਨੇ ਕੋਈ ਸਵਾਲ ਕਰਨਾ ਆਪਣੇ ਪਹਿਲਾਂ ਈਪੀਸੀ 4.2 ਬਾਰੇ, ਉਸ ਤੋਂ ਬਿਨਾਂ ਜੇ ਕੋਈ ਵੀ ਜਨਰਲ ਸਵਾਲ ਵੀ ਕਰਨਾ ਉਹ ਵੀ ਆਪਾਂ ਲੈ ਲਾਂਗੇ। ਆਪਣੇ ਕੋਲ 3:30 ਵਜੇ ਤੱਕ ਦਾ ਟਾਈਮ ਹੈਗਾ, 3:15 ਹੋਏ ਨੇ, ਮੈਂ ਤਕਰੀਬਨ 10 ਮਿੰਟ ਚ ਆਪਣੀ ਗੱਲ ਖਤਮ ਕਰਤੀ ਹੈ। ਆਈ ਥਿੰਕ ਤੁਸੀਂ ਉਹਨੂੰ ਸਮਝ ਗਏ ਹੋਵੋਗੇ। ਜੇ ਤਿੰਨੋ ਪਾਰਟ ਚ ਕਿਤੇ ਵੀ ਕਿਸੇ ਨੂੰ ਕੋਈ ਕਨਫਿਊਜ਼ਨ ਹੁੰਦੀ ਹੈ ਜਾਂ ਹੋਰ ਪੁੱਛਣਾ ਚਾਹੁੰਦਾ, ਆਪਾਂ ਦੁਬਾਰਾ ਵੀ ਐਕਸਪਲੇਨ ਕਰ ਦਿੰਦੇ ਹਾਂ। ਹਾਂਜੀ ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਬੇਟਾ, ਨਾਮ ਦੱਸ ਮੈਂ ਬੋਲੇਗਾ ਬੱਚਾ। ਸਰ ਰੀਤਾ। ਰੀਤਾ, ਹਾਂਜੀ ਬੱਚੇ। ਸਰ ਜਿਹੜੀ ਫਾਈਲ ਇਹ ਕੰਪਿਊਟਰ ਤੇ ਬਣਾਉਣੀ ਆ ਜਾਂ ਵੈਸੇ ਬਣਾਉਣੀ ਆ ਜਾਂ ਸਿੰਪਲ ਫਾਈਲ ਵਾਸਤੇ? ਸਿੰਪਲ ਫਾਈਲ ਬਣਾ ਲਓ, ਤੁਹਾਡੀ ਮਰਜ਼ੀ ਹੈ। ਕੰਪਿਊਟਰ ਤੇ ਟਾਈਪ ਕਰਨ ਚੌਖਾ ਲੱਗੇਗਾ। ਜਿਹੜੇ ਬੱਚੇ ਨੇ ਸਿੰਪਲ ਫਾਈਲ ਜਾਂ ਅਸਾਈਨਮੈਂਟ ਸ਼ੀਟਾਂ ਹੁੰਦੀਆਂ ਨੇ, ਅਸਾਈਨਮੈਂਟ ਸ਼ੀਟ ਤੇ ਬਣਾ ਲਓ, ਕੋਈ ਪ੍ਰੋਬਲਮ ਨਹੀਂ। ਜੇ ਕੋਈ ਕਹਿੰਦਾ ਕਿ ਮੈਨੂੰ ਕੰਪਿਊਟਰ ਤੇ ਸੌਖਾ ਲੱਗਦਾ, ਉਹ ਕੰਪਿਊਟਰ ਤੇ ਵੀ ਬਣਾ ਸਕਦਾ, ਰੋਕ ਕਿਸੇ ਨੂੰ ਨਹੀਂ ਹੈਗੀ। ਠੀਕ ਹੈ ਸਰ। ਮਰਜ਼ੀ ਹੈ ਬੱਚੇ ਦੀ। ਬੱਚਾ ਇਸ ਫਾਈਲ ਨੂੰ ਕੰਪਿਊਟਰ ਤੇ ਬਣਾਉਣਾ ਚਾਹੁੰਦਾ, ਬੱਚਾ ਇਸ ਫਾਈਲ ਨੂੰ ਆਪਣੀ ਮਰਜ਼ੀ ਨਾਲ ਅਸਾਈਨਮੈਂਟ ਸ਼ੀਟਾਂ ਤੇ ਲਿਖ ਕੇ ਬਣਾਉਣਾ ਚਾਹੁੰਦਾ, ਮੋਸਟ ਵੈਲਕਮ, ਤੁਹਾਡੀ ਮਰਜ਼ੀ ਹੈ। ਓਕੇ ਸਰ। ਹਾਂਜੀ ਨੈਕਸਟ। ਹੈਲੋ ਸਰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨੇਮ? ਗੁਰਦੀਪ ਬੋਲ ਰਹੀ ਹੈ। ਹਾਂਜੀ ਗੁਰਦੀਪ, ਪਲੇ ਵਾਲੇ। ਹਾਂਜੀ ਸਰ। ਸਰ ਇਹਦਾ ਨਾ ਤੁਸੀਂ ਕਹਿੰਦੇ ਵੀ ਇਹਨੂੰ ਆਪਾਂ ਲਿਖ ਲਈਏ ਹਾਰਡ ਕਾਪੀ ਤੇ, ਮਤਲਬ ਹਾਰਡ ਕਾਪੀ ਬਣਾ ਲਈਏ ਇਹਦੀ। ਹਾਂਜੀ ਹਾਂਜੀ। ਬਟ ਸਰ ਅਸਾਈਨਮੈਂਟ ਬਾਹਰੋਂ, ਹੁਣ ਤੁਹਾਨੂੰ ਪਤਾ ਬੰਦ ਕਰਕੇ ਤਾਂ ਫਿਰ ਕੋਈ ਗੱਲ ਨਹੀਂ ਬੇਟੇ, ਥੋੜਾ ਫਿਰ ਔਖਾ। ਜੇ ਤੁਹਾਡੇ ਕੋਲ ਅਸਾਈਨਮੈਂਟ ਸ਼ੀਟ ਵੀ ਨਹੀਂ ਹੈਗੀਆਂ ਨਾ, ਤੁਹਾਡੀ ਮਜਬੂਰੀ ਨੂੰ ਅਸੀਂ ਸਮਝ ਰਹੇ, ਘਰੇ ਸਿੰਪਲ ਕਾਪੀ ਪਈ ਹੈ। ਹਾਂਜੀ ਸਰ। ਬਾਜ਼ਾਰ ਦੇ ਵਿੱਚੋਂ 15 ਰੁਪਏ ਦੀ, ਬਾਜ਼ਾਰ ਚ ਨਹੀਂ ਜਾਣਾ, ਤੁਹਾਡੇ ਜਿੱਥੇ ਪਿੰਡ ਚ ਰਹਿ ਰਹੇ ਹੋ ਨਾਲ ਵਾਲਾ ਕਣਕ ਦੇ ਕਰਿਆਨਾ ਸਟੋਰ ਖੁੱਲਾ ਪਿਆ, ਉੱਥੋਂ 10-15 ਰੁਪਏ ਵਾਲੀ ਕਾਪੀ ਮਿਲ ਸਕਦੀ ਹੈ ਸਿੰਪਲ। ਹਾਂਜੀ ਹਾਂਜੀ ਸਰ। ਸਿੰਗਲ ਲਾਈਨ ਕਾਪੀ ਉਹਦੇ ਲਿਖ ਲਓ, ਕੋਈ ਪ੍ਰੋਬਲਮ ਨਹੀਂ। ਆਪਣਾ ਮੇਨ ਪਰਪਸ ਹੈ ਕੰਮ ਕਰਨਾ, ਫਾਈਲ ਨੂੰ ਸਜਾਉਣ ਦੀ ਕੋਈ ਗੱਲ ਨਹੀਂ ਹੈਗੀ। ਉਹਦੇ ਉੱਤੇ ਬਾਅਦ ਚ ਖੁੱਲੇ ਤੇ ਜਲਦੀ ਬਣਾ ਦੇ, ਉਹਦਾ ਕੰਮ ਪੂਰਾ ਕਰ ਦੇ। ਠੀਕ ਹੈ ਸਰ, ਠੀਕ ਹੈ ਜੀ। ਠੀਕ ਹੈ ਨਾ, ਤੁਹਾਡੇ ਇਹ ਨਹੀਂ ਹੋਏਗਾ ਕਿ ਪ੍ਰੈਕਟੀਕਲ ਵਾਲੇ ਦਿਨ ਤੁਹਾਡੀ ਫਾਈਲ ਮਾੜੀ ਬਣੀ ਹੋਈ ਹੈ ਜਾਂ ਫਾਈਲ ਦੇ ਡੈਕੋਰੇਸ਼ਨ ਘੱਟ ਹੋਈ ਹੈ, ਤੁਹਾਡਾ ਕੰਮ ਵਧੀਆ ਹੋਣਾ ਚਾਹੀਦਾ। ਓਕੇ ਸਰ। ਠੀਕ ਹੈ ਨਾ। ਜੇ ਜੇ ਤੁਹਾਡੇ ਜੋ ਕੋਈ ਬੱਚਾ, ਜਿਵੇਂ ਲਾਸਟ ਵਾਲਾ ਪੁਆਇੰਟ ਆ ਕੇ ਇੰਟਰੈਕਸ਼ਨ ਕਰਨੀ ਆ, ਜੇ ਤੁਹਾਡੇ ਜੋ ਕੋਈ ਬੱਚਾ ਆਪਦੀ 2-3 ਮਿੰਟ ਦੀ ਰਿਕਾਰਡਿੰਗ ਰਿਕਾਰਡ ਕਰਕੇ ਯੂਟਿਊਬ ਤੇ ਪਾ ਕੇ ਉਹਦਾ ਲਿੰਕ ਪਾ ਦੂ, ਬਹੁਤ ਵਧੀਆ, ਉਹ ਤੁਹਾਡਾ ਰਿਕਾਰਡ ਬਣ ਗਿਆ। ਹਾਂਜੀ ਬੇਟਾ, ਹੋਰ ਦੱਸੋ। ਕਿਸੇ ਹੋਰ ਬੱਚੇ ਦਾ ਸਵਾਲ ਹੋਵੇ ਕੋਈ ਆਪਣੇ ਇਸ ਪੇਪਰ ਦੇ ਯੂਨਿਟ 1 ਬਾਰੇ? ਕੋਈ ਵੀ ਸਵਾਲ ਹੋਵੇ ਹੋਰ ਕੋਈ? ਸਰ ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਜੀ। ਸਰ ਸੀਮਾ। ਹਾਂਜੀ ਸੀਮਾ ਕਨੌਜੀਆ, ਕੈਸੇ? ਹਾਂਜੀ ਸਰ, ਠੀਕ ਹੋ ਸਰ। ਹਾਂਜੀ ਬਤਾਈਏ। ਸਰ ਜੋ ਥਰਡ ਪਾਰਟ ਹੈ, ਨੈਰੇਟਿੰਗ ਡਿਸਕ੍ਰਾਈਬਿੰਗ ਅ ਰਿਲੇਟਡ ਅਕਾਊਂਟ ਫਰਮ ਵਨਸ ਲਾਈਫ ਐਕਸਪੀਰੀਅੰਸ। ਯੈਸ ਪਲੀਜ਼। ਸਰ ਇਸ ਵਾਲੇ ਪਾਰਟ ਮੇ ਜੋ ਵੀ ਸਟੋਰੀ ਉਪਰ ਦੇਖੀ ਹੈ ਨੇਟਿਵ ਸਪੀਕਰ ਕੀ, ਉਸਕੇ ਬਾਰੇ ਮੇ ਹੀ ਲਿਖਨਾ ਹੈ ਯਾ ਫਿਰ ਆਪਣੇ ਸੇ ਕੋਈ? ਹਾਂ ਯੈਸ ਯੈਸ, ਜੋ ਆਪ ਅਬ ਬੋਲ ਰਹੇ ਹੋ ਨਾ, ਦੇਖੋ 3 ਪਾਰਟ ਹੈ। ਪਹਿਲੇ ਮੇ ਥਿਉਰੀ ਹੈ ਕਮਿਊਨੀਕੇਸ਼ਨ ਕੀ, ਠੀਕ ਹੈ ਨਾ। ਸੈਕੰਡ ਪਾਰਟ ਮੇ ਆਪਨੇ ਕਿਸੀ ਨੇਟਿਵ ਸਪੀਕਰ ਕੀ ਦੇਖੀ, ਉਸਕੇ ਬਾਰੇ ਮੇ ਲਿਖਨਾ ਹੈ। ਥਰਡ ਪਾਰਟ ਇਜ਼ ਯੋਰ ਸਟੋਰੀ। ओके ओके। आपने अपनी लाइफ का कोई इंसिडेंट नरेट करना है, वो नरेट करके अगर उसको आप किसी फ्रेंड के साथ शेयर करना चाहो, किसी रिलेटिव के साथ शेयर करना चाहो कि मेरी रिकॉर्डिंग सुन लो, वो रिकॉर्डिंग ऑडियो भी हो सकती है, वो वीडियो भी हो सकती है। तो आपको बताएगा कि जब आप बोल रहे थे आपका आई कॉन्टेक्ट नहीं था, तो वो क्या हो गया आपके लिए? पॉइंट ऑफ इम्प्रूवमेंट। अगर वो बोलता है कि आपकी एक्सप्लेनेशन बहुत अच्छी थी सीमा, तो वो क्या हो गया आपके लिए? कॉम्प्लीमेंट। सो वो चीजें आपने 1-1.5 पेज अपना लिख लिया।
ਦੇਣਾ ਹੈ ਕਿ ਥੀਸ ਵਰ ਮਾਈ ਪੋਜ਼ਿਟਿਵ ਪੁਆਇੰਟ ਐਂਡ ਥੀਸ ਵਰ ਦਾ ਪੁਆਇੰਟ ਫਾਰ ਮਾਈ ਇੰਪਰੂਵਮੈਂਟ ਓਕੇ ਆਈ ਥਿੰਕ ਯੂ ਗੋਟ ਦ ਮੈਸੇਜ ਯੈਸ ਸਰ ਗੁੱਡ ਗੁੱਡ ਥੈਂਕ ਯੂ ਸਰ ਵੈਲਕਮ ਬੇਟਾ ਹੋਰ ਕੋਈ ਕੁਐਸਚਨ ਬੇਟਾ ਕਿਸੇ ਸਾਈਡ ਤੋਂ ਕਿਸੇ ਬੱਚੇ ਦੇ ਹੋਰ ਬੱਚੇ ਸਵਾਲ ਹੋਵੇ ਮਾਈਂਡ ਚ ਕੁਛ ਵੀ ਪੁੱਛਣਾ ਹੋਵੇ ਯੂ ਆਰ ਮੋਸਟ ਵੈਲਕਮ ਹਾਂਜੀ ਸਰ ਇੱਕ ਕੁਐਸਚਨ ਸੀਗਾ ਹਾਂਜੀ ਗੁਰਦੀਪ ਸਰ ਜਿਹੜਾ ਨਾ ਆਪਾਂ ਐਨਏਡੀ ਵਾਲਾ ਫਾਰਮ ਫਿਲ ਕਰ ਰਹੇ ਹਾਂ ਹਾਂਜੀ ਉਹ ਕੰਪਲਸਰੀ ਹੈ ਜੀ ਹਾਂ ਬੇਟਾ ਉਹ ਕੰਪਲਸਰੀ ਇਸ ਕਰਕੇ ਆ ਕਿ ਤੁਹਾਡੀ ਜਿਹੜੀਆਂ ਡਿਗਰੀਆਂ ਤੇ ਡੀਐਮਸੀ ਨੇ ਨਾ ਉਹ ਪੰਜਾਬ ਯੂਨੀਵਰਸਿਟੀ ਨੇ ਪਲਾਨ ਕਰ ਲਿਆ ਕਿ ਅਗਲੀ ਵਾਰ ਤੋਂ ਉਹ ਡਿਗਰੀਆਂ ਤੇ ਡੀਐਮਸੀ ਤੁਹਾਡੇ ਆਨਲਾਈਨ ਤੁਹਾਡੇ ਉੱਚ ਆਇਆ ਕਰਨਗੇ ਨੈਟ ਦੇ ਅਕਾਊਂਟ ਚ ਠੀਕ ਹੈ ਸਰ ਜਦੋਂ ਤੁਸੀਂ ਜੌਬ ਵਾਸਤੇ ਵੀ ਜਾਵੋਗੇ ਇਹ ਗਵਰਨਮੈਂਟ ਦਾ ਇੱਕ ਇਨੀਸ਼ੀਏਟਿਵ ਹੈ ਦੇਖੋ ਇੱਕ ਸਕੀਮ ਹੁੰਦੀ ਹੈ ਉਹ ਕਿੰਨੀ ਸਕਸੈਸਫੁਲ ਹੁੰਦੀ ਹੈ ਸਾਲ ਦੋ ਸਾਲ ਤੱਕ ਪਤਾ ਲੱਗੇਗਾ ਲੇਕਿਨ ਗਵਰਨਮੈਂਟ ਦਾ ਪਲਾਨ ਕੀ ਹੈ ਕਿ ਅਸੀਂ ਡਿਗਰੀਆਂ ਚੱਕ ਕੇ ਨਾ ਹੱਥਾਂ ਚ ਫਰੀਏ ਸਾਡੇ ਸਾਰੇ ਸਾਡੇ ਪਾਕਟ ਚ ਹੋਣ ਉਹ ਕਹਿੰਦੇ ਨੇ ਡਿਜੀਟਲ ਪਾਕਟ ਜਦੋਂ ਆਪਾਂ ਕਿਤੇ ਅਪਲਾਈ ਕਰਨਾ ਹੋਇਆ ਕਰੇਗਾ ਆਪਾਂ ਉਹ ਡਿਜੀਟਲ ਪਾਕਟ ਦਾ ਲਿੰਕ ਦੇ ਦਿਆ ਕਰਾਂਗੇ ਉੱਥੋਂ ਹੀ ਉਹ ਸਾਰੇ ਸਰਟੀਫਿਕੇਟ ਵੈਰੀਫਾਈ ਹੋ ਜਾ ਕਰਨਗੇ ਗਵਰਨਮੈਂਟ ਦੀ ਸਕੀਮ ਇਹ ਹੈ ਕਿ ਫੋਟੋ ਕਾਪੀਆਂ ਨਾਲ ਲਾਉਣ ਵਾਲਾ ਕੰਮ ਖਤਮ ਹੋ ਜਾਵੇ ਉਹ 2 ਸਾਲਾਂ ਚ ਹੁੰਦਾ 4 ਸਾਲਾਂ ਚ ਹੁੰਦਾ ਡਿਪੈਂਡ ਕਰੇਗਾ ਪਰ ਆਪਣੇ ਵਾਸਤੇ ਭਰਨਾ ਇਸ ਕਰਕੇ ਜ਼ਰੂਰੀ ਹੈ ਕਿ ਜੇ ਗਵਰਨਮੈਂਟ ਨੇ ਹੁਣੇ ਉਹਨੂੰ ਇੰਪਲੀਮੈਂਟ ਕਰਤਾ ਤਾਂ ਸਾਡੀ ਡਿਗਰੀ ਨਾ ਲੇਟ ਹੋ ਜਾਵੇ ਉਹਦੇ ਵਿੱਚ ਕੁਝ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਸੀ ਜਦੋਂ ਪੰਜਾਬ ਯੂਨੀਵਰਸਿਟੀ ਫਿਲ ਕਰਦੇ ਸੀ ਤਾਂ ਨੀਚੇ ਤੁਸੀਂ ਪੰਜਾਬ ਲੱਭ ਰਹੇ ਸੀ ਉੱਥੇ ਪੰਜਾਬ ਨਹੀਂ ਹੋਏਗਾ ਕਿਉਂਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਇਸ ਕਰਕੇ ਚੰਡੀਗੜ੍ਹ ਕਲਿੱਕ ਹੋਏਗਾ ਆਈ ਥਿੰਕ ਸਰ ਤੇ ਆਪਸ਼ਨ ਨਹੀਂ ਆ ਰਹੀ ਹੈਗੀ ਉਹ ਵਾਲੀ ਤੁਹਾਨੂੰ ਜੇ ਕੋਈ ਵੀ ਇਨਕੁਆਇਰੀ ਹੋਵੇ ਨਾ ਨੈਟ ਦੇ ਫਾਰਮ ਸੰਬੰਧੀ ਕਿਸੇ ਕਾਲਮ ਤੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਗੁਰਪ੍ਰਤਾਪ ਸਰ ਨੂੰ ਕਾਲ ਕਰ ਲਿਆ ਕਰੋ ਸਰ ਉਸ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਕੋ ਆਪਸ਼ਨ ਆ ਰਹਾ ਹੈ ਮੈਨੇ ਸਰ ਵੋਹੀ ਲਗਾਇਆ ਹੈ ਚੰਡੀਗੜ੍ਹ ਯੂਨੀਵਰਸਿਟੀ ਨਹੀਂ ਬੇਟੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਾਣਾ ਹੈ ਪਹਿਲੇ ਸਰ ਉਹ ਤੇ ਆਪਸ਼ਨ ਹੀ ਨਹੀਂ ਆ ਰਿਹਾ ਪੰਜਾਬ ਯੂਨੀਵਰਸਿਟੀ ਦਾ ਲੜਾਈ ਨਹੀਂ ਰਹਾ ਉਸ ਵਿੱਚ ਨਹੀਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਲਾਂਡਰਾ ਵਾਲੀ ਹੋ ਜਾਏਗੀ ਸਰ ਓਨਲੀ ਚੰਡੀਗੜ੍ਹ ਯੂਨੀਵਰਸਿਟੀ ਕੋ ਪੰਜਾਬ ਯੂਨੀਵਰਸਿਟੀ ਆਪਸ਼ਨ ਨਹੀਂ ਆ ਰਹੇ ਨਹੀਂ ਬੇਟਾ ਤੁਹਾਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਆਪਸ਼ਨ ਨਹੀਂ ਮਿਲਿਆ ਨੋ ਸਰ ਕਿਸੇ ਪਾਰਟ ਆਪਸ਼ਨ ਪਾਂਚ ਮੇ ਸੇ ਕਿਸੇ ਮੇ ਵੀ ਇਹ ਆਪਸ਼ਨ ਨਹੀਂ ਮਿਲਾ ਪੰਜਾਬ ਯੂਨੀਵਰਸਿਟੀ ਦਾ ਬੇਟਾ ਆਪ ਲੋਗੋ ਨੇ ਕਿਨ ਕਿਨ ਨੇ ਫੋਨ ਕੀਤੇ ਹੈ ਆਪਣਾ ਐਕਸਪੀਰੀਅੰਸ ਬਤਾਓ ਹਾਂਜੀ ਸਰ ਮੈਂ ਕਰ ਦਿੱਤਾ ਆਪਾਂ ਨੇ ਨਾ ਚੰਡੀਗੜ੍ਹ ਜਿਹੜੀ ਆਪਣੀ ਸਟੇਟ ਆਂਦੀ ਹੈ ਅਕੈਡਮਿਕ ਆਪਣੇ ਪਾਰਟ ਦੇ ਵਿੱਚ ਜਾ ਕੇ ਉਸ ਚੰਡੀਗੜ੍ਹ ਸਿਲੈਕਟ ਕਰਨਾ ਨਾ ਕਿ ਪੰਜਾਬ ਸਿਲੈਕਟ ਕਰਨਾ ਜੇ ਆਪਾਂ ਚੰਡੀਗੜ੍ਹ ਸਿਲੈਕਟ ਕਰਾਂਗੇ ਦੈਨ ਆਪਣਾ ਪੰਜਾਬੀ ਨੂੰ ਸੀ ਆਪਸ਼ਨ ਆ ਜਾਂਦੀ ਹੈ ਸੁਣੋ ਬੇਟੇ ਜਦੋਂ ਤੁਸੀਂ ਫਾਰਮ ਫਿਲ ਕਰਦੇ ਹੋ ਤੁਹਾਡੇ ਤੋਂ ਪੁੱਛਦਾ ਤੁਹਾਡੀ ਸਟੇਟ ਕਿਹੜੀ ਹੈ ਉੱਥੇ ਤੁਸੀਂ ਸਟੇਟ ਆਪਣੀ ਪੰਜਾਬ ਨਹੀਂ ਦੱਸਣਾ ਹੈਗਾ ਤੁਸੀਂ ਸਟੇਟ ਕਿਉਂਕਿ ਯੂਨੀਵਰਸਿਟੀ ਕਿਹੜੀ ਚ ਪੜ੍ਹ ਰਹੇ ਹੋ ਪੰਜਾਬ ਯੂਨੀਵਰਸਿਟੀ ਚ ਉਹ ਕਿੱਥੇ ਆ ਉਹ ਪੰਜਾਬ ਚ ਨਹੀਂ ਹੈਗੀ ਉਹ ਕਿੱਥੇ ਆ ਚੰਡੀਗੜ੍ਹ ਚ ਤੁਸੀਂ ਹੁਣ ਪਹਿਲਾਂ ਆਪਸ਼ਨ ਕਿਹੜੀ ਫਿਲ ਕਰੋਗੇ ਚੰਡੀਗੜ੍ਹ ਜਦੋਂ ਚੰਡੀਗੜ੍ਹ ਆਪਸ਼ਨ ਫਿਲ ਕਰ ਲਓਗੇ ਫਿਰ ਪੰਜਾਬ ਨਜ਼ਰ ਆਏਗੀ ਜੇ ਤੁਸੀਂ ਪੰਜਾਬ ਫਿਲ ਕਰਕੇ ਪੰਜਾਬ ਯੂਨੀਵਰਸਿਟੀ ਲੱਭੋਗੇ ਨਹੀਂ ਆਏਗਾ ਜਿਹੜਾ ਤੁਸੀਂ ਪੰਜਾਬ ਫਿਲ ਕਰਕੇ ਚੰਡੀਗੜ੍ਹ ਯੂਨੀਵਰਸਿਟੀ ਫਿਲ ਕੀਤਾ ਉਹ ਰੋਂਗ ਹੈ ਹਾਂਜੀ ਸਰ ਉਹ ਤੁਸੀਂ ਪਤਾ ਕਿਹੜਾ ਫਿਲ ਕਰ ਲਿਆ ਉਹ ਚੰਡੀਗੜ੍ਹ ਯੂਨੀਵਰਸਿਟੀ ਲਾਂਡਰਾ ਫਿਲ ਕਰ ਲਿਆ ਤੁਸੀਂ ਉਹਨੂੰ ਆਪਣੇ ਫਾਰਮ ਨੂੰ ਜਾ ਕੇ ਐਡਿਟ ਕਰ ਲਓ ਦੁਬਾਰਾ ਉਹ ਤਾਂ ਕਿਸੇ ਵਾਲੀ ਸਰ ਯੂਨੀਵਰਸਿਟੀ ਹੋ ਗਈ ਹੈ ਹਾਂ ਉਸ ਚੰਡੀਗੜ੍ਹ ਯੂਨੀਵਰਸਿਟੀ ਲਾਂਡਰਾ ਵਾਲੀ ਫਿਲ ਕਰ ਲਈ ਤੁਸੀਂ ਹਾਂਜੀ ਠੀਕ ਹੈ ਬੇਟਾ ਜਿਵੇਂ ਤੇਜਿੰਦਰ ਕੌਰ ਨੇ ਦੱਸਿਆ ਕਿ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਕਿ ਜਦੋਂ ਤੁਸੀਂ ਜਾਓਗੇ ਪਹਿਲਾਂ ਚੰਡੀਗੜ੍ਹ ਸਿਲੈਕਟ ਕਰ ਲਓ ਪੰਜਾਬ ਨਾ ਕਰੋ ਜਦੋਂ ਚੰਡੀਗੜ੍ਹ ਸਿਲੈਕਟ ਕਰੋਗੇ ਤੁਹਾਡੇ ਕੋਲ ਆਪਣੇ ਆਪ ਆਪਸ਼ਨ ਆ ਜਾਏਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਹਾਂਜੀ ਕਿਸੇ ਹੋਰ ਕੀ ਗੱਲ ਹੋਰ ਕੁਝ ਹਾਂਜੀ ਬੇਟਾ ਹਾਂਜੀ ਸਰ ਮੈਂ ਤੇਜਿੰਦਰ ਸਰ ਕੀ ਕਹਿ ਰਹੇ ਨੇ ਕਿ ਯੂਨੀਵਰਸਿਟੀ ਵੱਲੋਂ ਕੁਝ ਵੈਰੀਫਿਕੇਸ਼ਨ ਕੁਝ ਮੰਗ ਰਹੇ ਨੇ ਉਹ ਕੀ ਚੀਜ਼ ਹੈ ਉਹ ਯੂਨੀਵਰਸਿਟੀ ਵੱਲੋਂ ਨਹੀਂ ਮੰਗ ਰਹੇ ਉਹ ਮੰਗੜੀਆਂ ਕਾਲਜ ਵੱਲੋਂ ਜਿੰਨਾ ਵੀ ਤੁਹਾਡਾ ਫਾਰਮ ਪਹੁੰਚ ਗਿਆ ਉਹ ਦੇਖਦੇ ਆ ਮੈਂ ਗੁਰਪ੍ਰਤਾਪ ਸਰ ਨੂੰ ਆਉਣਾ ਉਹ ਕਾਲਜ ਦੀ ਆਈਡੀ ਦਾ ਕਾਲਜ ਨੇ ਵੈਰੀਫਾਈ ਕਰਨਾ ਕਿ ਤੁਸੀਂ ਸਾਡੇ ਕਾਲਜ ਦੇ ਬੱਚੇ ਹੈਗੇ ਹੋ ਜਾਂ ਨਹੀਂ ਹੈਗੇ ਅੱਛਾ ਜੀ ਠੀਕ ਹੈ ਜੀ ਸਾਡਾ ਤਾਂ ਕੁਝ ਕੀ ਫੰਕਸ਼ਨ ਨਾ ਨਾ ਤੁਸੀਂ ਆਪਣਾ ਪਾਰਟ ਫਿਲ ਕਰ ਲਿਆ ਉਹਦੋਂ ਬਾਅਦ ਨੈਕਸਟ ਪਾਰਟ ਕਾਲਜ ਵੱਲੋਂ ਗੁਰਪ੍ਰਤਾਪ ਸਰ ਕਰਨਗੇ ਸਰ ਜਿਹੜਾ ਰੋਲ ਨੰਬਰ ਆ ਹਾਂਜੀ ਤੇ ਉਹ ਸਰ ਕਾਲਜ ਵਾਲੇ ਹੀ ਭਰਨਾ ਹੈ ਨਾ ਜੀ ਤੇਜਿੰਦਰ ਬੱਚੇ ਕਿਹੜਾ ਭਰਿਆ ਦੱਸੋ ਸਰ ਮੈਂ ਯੂਨੀਵਰਸਿਟੀ ਦਾ ਫਿਲ ਕੀਤਾ ਤੁਹਾਡਾ ਕਿਹੜਾ ਫਸਟ ਈਅਰ ਦਾ ਸੀ
ਹਾਂਜੀ ਹਾਂਜੀ ਸਰ ਜਿਹੜਾ ਸ਼ੁਰੂ ਤੋਂ ਹੀ ਚੱਲਦਾ ਰਿਹਾ। ਓਕੇ ਬੇਟਾ, ਇਹ ਵੀ ਮੈਂ ਤੁਹਾਡੇ ਦੋ ਪੁਆਇੰਟ ਨੋਟ ਕਰ ਲਏ ਨੇ, ਇੱਕ ਤਾਂ ਯੂਨੀਵਰਸਿਟੀ ਰੋਲ ਨੰਬਰ ਬਾਰੇ, ਇੱਕ ਤੁਹਾਡਾ ਜਿਹੜਾ ਯੂਨੀਵਰਸਿਟੀ ਬਾਰੇ ਕਨਫਿਊਜ਼ਨ ਆ ਰਹੀ ਸੀ, ਇਹਦੇ ਬਾਰੇ ਮੈਂ ਗੁਰਪ੍ਰਤਾਪ ਸਰ ਤੋਂ ਸਾਰੇ ਮੈਂਟਰ ਗਰੁੱਪਸ ਦੇ ਵਿੱਚ ਇੱਕ ਮੈਸੇਜ ਵੀ ਪਵਾ ਦਿੰਦਾ, ਇੱਕ ਜਿਹੜੀ ਇਹਦਾ ਹੋਰ ਵੀ ਤੁਹਾਨੂੰ ਕੋਈ ਡਾਊਟ ਲੱਗਦਾ ਉਹ ਵੀ ਦੱਸ ਦਿਓ। ਬਸ ਸਰ ਉਹ ਨੰਬਰ ਹੀ ਪੁੱਛਣਾ ਸੀ ਵੀ ਮੈਂ ਤਾਂ ਕਾਲਜ ਵਾਲੇ ਹੀ ਫਿਲ ਕੀਤਾ ਜੀ। ਕੋਈ ਗੱਲ ਨਹੀਂ, ਆਪਾਂ ਉਹ ਪੁੱਛ ਲੈਣੇ ਆ, ਜੇ ਹੋਣਾ ਕਰਨਾ ਹੈ ਤਾਂ ਆਪਾਂ ਐਡਿਟ ਕਰ ਦਾਂਗੇ। ਠੀਕ ਹੈ, ਓਕੇ ਸਰ ਜੀ। ਦੋਨੇ ਫਿਲ ਕਰ ਸਕਦੇ ਆ ਤਾਂ, ਕਿਉਂਕਿ ਕਿਉਂਕਿ ਨਾ ਆਪਾਂ ਜਿਵੇਂ ਈਅਰ ਭਰੇ ਨਾ ਜੁਆਇਨਿੰਗ ਦਾ, ਉਸਦੇ ਅਕੋਰਡਿੰਗ ਆਪਣਾ ਰੋਲ ਨੰਬਰ ਆਪਣਾ ਚੁੱਕ ਲੈਣਗੇ ਉਹ। ਉਹਨਾਂ ਕੋਲੇ ਡਾਟਾ ਤੁਹਾਡਾ ਕਾਫੀ ਪਿਆ, ਜਦੋਂ ਤੁਸੀਂ ਆਪਣਾ ਰਜਿਸਟ੍ਰੇਸ਼ਨ ਪਾਇਆ ਨਾ, ਉਹਨਾਂ ਨੇ ਕਾਫੀ ਡਾਟਾ ਤੁਹਾਡਾ ਆਪਣੇ ਆਪ ਨੂੰ ਚੱਕ ਲੈਣਾ, ਉਹ ਤੁਹਾਡਾ ਡਾਟਾ ਆਪਣੇ ਵੱਲੋਂ ਯੂਨੀਵਰਸਿਟੀ ਪਾ ਚੁੱਕੀ ਆ ਉੱਤੇ। ਇੱਕ ਗੱਲ ਹੋਰ ਪੁੱਛਣੀ ਸੀ, ਜਿਹੜੀ ਹੁਣ ਆਪਣੀ ਮੀਟਿੰਗ ਚੱਲ ਰਹੀ ਹੈ, ਜ਼ੂਮ ਮੀਟਿੰਗ ਚੱਲ ਰਹੀ ਹੈ, ਜੇ ਕੋਈ ਰਿਕਾਰਡਿੰਗ ਮਿਲ ਸਕਦੀ ਆਪਾਂ ਨੂੰ? ਐਕਚੁਅਲੀ ਮੈਂ ਨਾ ਥੋੜੀ ਨੈਟ ਪ੍ਰੋਬਲਮ ਕਰਕੇ ਮੇਰੇ ਸਟਾਰਟਿੰਗ ਕੋਈ ਗੱਲ ਨਹੀਂ, ਮੈਂ ਅੱਜ ਰਿਕਾਰਡਿੰਗ ਤੇ ਲਾਇਆ ਹੈ, ਰਿਕਾਰਡਿੰਗ ਹੋ ਰਹੀ ਹੈ, ਮੈਂ ਆਡੀਓ ਫਾਈਲ ਤੁਹਾਡੇ ਗਰੁੱਪ ਚ ਭੇਜ ਦਾਂਗਾ। ਠੀਕ ਹੈ, ਹਾਂਜੀ ਸਰ, ਥੈਂਕ ਯੂ ਸੋ ਮਚ। ਮੈਂ ਐਕਚੁਅਲੀ ਮੇਰੀ ਮਿਸ ਹੋ ਗਈ ਹੈ। ਨਹੀਂ ਨਹੀਂ, ਅੱਜ ਮੈਂ ਕਈ ਵਾਰ ਰਿਕਾਰਡਿੰਗ ਤੇ ਨਹੀਂ ਲਾਈ ਹੁੰਦੀ, ਅੱਜ ਰਿਕਾਰਡਿੰਗ ਤੇ ਲਾਈ ਹੋਈ ਹੈ। ਮੈਂ ਤੁਹਾਨੂੰ ਦੀ ਰਿਕਾਰਡਿੰਗ ਜਿਹੜੀ ਹੈਗੀ ਆ ਉਹ ਆਡੀਓ ਫਾਈਲ, ਛੋਟੀ ਫਾਈਲ ਹੁੰਦੀ ਹੈ, ਮੈਂ ਛੋਟੀ ਫਾਈਲ ਤੁਹਾਨੂੰ ਭੇਜ ਦਾਂਗਾ। ਹਾਂਜੀ ਸਰ, ਐਕਚੁਅਲੀ ਮੈਂ ਕੁਝ ਕੀਤਾ ਨਹੀਂ ਇਸ ਕੰਮ ਤੇ, ਤਾਂ ਮੈਂ ਥੈਂਕ ਯੂ। ਕੋਈ ਗੱਲ ਨਹੀਂ ਬੇਟਾ, ਜਿੰਨੀ ਗੱਲ ਹੋਈ ਆਪਾਂ ਭੇਜ ਦਾਂਗੇ। ਹੋਰ ਬੱਚੇ ਕਿਸੇ ਦਾ ਕੋਈ ਸਵਾਲ ਹੋਵੇ, ਜਿਹੜੇ ਬੱਚੇ ਬਾਅਦ ਚ ਵੀ ਜੁਆਇਨ ਕੀਤੇ ਸੀ ਉਹਨਾਂ ਨਾਲ ਵੀ ਆਪਾਂ ਡਿਸਕਸ ਕਰ ਲਿਆ ਸੀ ਦੁਬਾਰਾ ਤੋਂ, ਕਿ ਤੁਹਾਡੇ ਇਸ ਯੂਨਿਟ 1 ਦੇ 3 ਪਾਰਟ ਨੇ। ਪਹਿਲਾ ਪਾਰਟ ਹੈ ਥੋਰੈਟੀਕਲ, ਜਿਹਦੇ ਬਾਰੇ ਤੁਹਾਨੂੰ PDF ਫਾਈਲ ਆਈ ਹੈ, ਉਸ ਫਾਈਲ ਤੋਂ ਦੇਖ ਕੇ ਤੁਸੀਂ ਉਹਦੇ ਬਾਰੇ 3-4 ਪੇਜ ਲਿਖ ਲੈਣੇ ਨੇ। ਦੂਸਰਾ ਹੈ ਕਿਸੇ ਨੇਟਿਵ ਸਪੀਕਰ ਨੂੰ ਸੁਣਨਾ, ਉਹਦੀ ਇੱਕ ਐਗਜ਼ਾਮਪਲ ਮੈਂ ਤੁਹਾਡੇ ਗਰੁੱਪ ਚ ਪਾਤੀ ਸੀ ਕਿ ਤੁਸੀਂ ਸਤਿੰਦਰ ਸਰਤਾਜ ਨੂੰ ਸੁਣਿਆ, ਉਹਦੇ ਬਾਰੇ ਉਹਦਾ ਕੰਟੈਂਟ ਕੀ ਸੀ, ਸੈਕਿੰਡ ਉਹਨੇ ਕੰਟੈਂਟ ਨੂੰ ਕਿਵੇਂ ਪ੍ਰੈਜੈਂਟ ਕੀਤਾ, ਥਰਡ ਉਹਨੇ ਕਿਹੋ ਜਿਹਾ ਉਦਾਹਰਣਾਂ ਲਈਆਂ, ਫੋਰਥ ਉਹਨੇ ਇੰਟਰਸਟਿੰਗ ਕਿਵੇਂ ਬਣਾਇਆ, ਫਿਫਥ ਉਹਨੇ ਬੱਚਾ ਜਿਹੜੀ ਆਡੀਅੰਸ ਸੀ ਉਹਨੂੰ ਕਿਵੇਂ ਨਾਲ ਜੋੜ ਕੇ ਰੱਖਿਆ, ਸਿਕਸ ਉਹਦੇ ਜਿਹੜੇ ਹਾਵ ਭਾਵ ਸੀ, ਜਿਹੜੇ ਉਹਦਾ ਨਾਨ ਵਰਬਲ ਬਿਹੇਵੀਅਰ ਸੀ ਉਹ ਕਿਹੋ ਜਿਹਾ ਸੀ। ਇਹਨਾਂ ਗੱਲਾਂ ਤੇ ਤੁਸੀਂ 2-4 ਲਾਈਨ ਲਿਖੋਗੇ, ਤੁਹਾਡਾ 1.5 ਪੇਜ ਦਾ ਉਹਦਾ ਅਨਾਲਿਸਿਸ ਬਣ ਗਿਆ। ਜਿਹੜਾ ਤੀਸਰਾ ਪਾਰਟ ਆ ਗਿਆ, ਤੀਸਰੇ ਪਾਰਟ ਆਪਣੇ ਨਾਲ ਸੰਬੰਧਿਤ ਕੋਈ ਵੀ ਇੱਕ ਛੋਟੀ ਜੀ ਸਟੋਰੀ, ਸਟੋਰੀ ਕੀ ਹੋ ਸਕਦੀ ਹੈ, ਤੁਹਾਡੇ ਨਾਲ ਸੰਬੰਧਿਤ ਕੋਈ ਵੀ ਇੱਕ ਘਟਨਾ, ਉਹ ਘਟਨਾ ਕਾਲਪਨਿਕ ਵੀ ਹੋ ਸਕਦੀ ਹੈ, ਉਹ ਘਟਨਾ ਸੱਚੀ ਵੀ ਹੋ ਸਕਦੀ ਹੈ, ਤੁਸੀਂ ਉਹ ਘਟਨਾ ਆਪਣੇ ਸਾਥੀਆਂ ਨੂੰ, ਆਪਣੇ ਸਟੂਡੈਂਟ ਦੇ ਗਰੁੱਪ ਦੇ ਵਿੱਚ, ਮੇਨ ਗਰੁੱਪ ਚ ਨਹੀਂ ਪਾਉਣੇ ਸਾਰੇ ਨੇ, ਆਪੋ ਆਪਣੇ 4-5 ਗਰੁੱਪ ਦੇ ਵਿੱਚ, ਆਪਣੇ ਰਿਲੇਟਿਵਸ ਨੂੰ ਇੱਕ ਆਪਦੀ ਰਿਕਾਰਡਿੰਗ ਕਰਕੇ ਆਡੀਓ ਫਾਈਲ ਦਿਖਾਓ, ਉਹ ਤੋਂ ਉਹਨਾਂ ਦੇ ਸੁਜੈਸ਼ਨ ਲਵੋ, ਜਿਹੋ ਜੇ 5 ਪੁਆਇੰਟ ਤੁਹਾਡੇ ਪੋਜ਼ਿਟਿਵ ਨੇ, 5 ਇੰਪਰੂਵਮੈਂਟ ਪੁਆਇੰਟ ਨੇ। ਤਿੰਨ ਯੂਨਿਟ 1 ਪਾਰਟ ਏ ਥੋਰੈਟੀਕਲ ਲਿਖ ਲਿਆ, ਯੂਨਿਟ ਪਾਰਟ 2 ਪਾਰਟ 1 ਦਾ 2 ਪਾਰਟ, ਉਸ ਵੀਡੀਓ ਦਾ ਯੂਨਿਟ ਪਾਰਟ 1 ਦਾ ਸੀ ਪਾਰਟ, ਆਪਣੀ ਨਰੇਟ ਕੀਤੀ ਹੋਈ ਐਨਾਲਾਈਜ਼ ਕਰਕੇ ਉਹਦਾ ਪੋਜ਼ਿਟਿਵ ਤੇ ਇੰਪਰੂਵਮੈਂਟ ਵਾਲੇ ਪੁਆਇੰਟ ਲਿਖ ਲਏ, ਤੁਹਾਡੀ ਫਾਈਲ ਦਾ ਕੰਮ ਪੂਰਾ ਹੋ ਗਿਆ। ਫਿਰ ਇੱਕ ਪੁੱਛਣਾ ਸੀ ਕਿ ਜੇ ਸਰ ਫਾਈਲ ਨਾ ਮਿਲਦੀ ਹੋਵੇ, ਅਸਾਈਨਮੈਂਟ ਸ਼ੀਟਾਂ ਲਿਆਉਣੀਆਂ ਔਖੀਆਂ ਨੇ, ਮੈਂ ਕਿਹਾ ਸੀ ਕੋਈ ਸਪੈਸ਼ਲ ਫਾਈਲ ਲੈਣ ਦੀ ਲੋੜ ਨਹੀਂ ਹੈਗੀ, ਘਰੇ ਤੁਹਾਡੇ ਕੋਲ ਕੰਪਿਊਟਰ ਹੈਗਾ, ਕੰਪਿਊਟਰ ਤੇ ਟਾਈਪ ਕਰ ਲਓ, ਨਹੀਂ ਕੰਪਿਊਟਰ ਤੇ ਟਾਈਪ ਕਰਨਾ ਠੀਕ ਲੱਗਦਾ ਤਾਂ ਸਿੰਪਲ ਕਾਪੀ, 10-15 ਰੁਪਏ ਵਾਲੀ ਕਾਪੀ ਜਿਹੜੀ ਤੁਹਾਨੂੰ ਨਾਲ ਦੀ ਦੁਕਾਨ ਤੋਂ ਮਿਲਦੀ ਹੈ, ਉਹ ਤੇ ਵੀ ਲਿਖ ਲਓਗੇ, ਕੋਈ ਫਰਕ ਨਹੀਂ ਪੈਂਦਾ, ਆਪਣਾ ਮੇਨ ਕੰਮ ਹੈ ਕੰਮ ਕਰਨਾ। ਠੀਕ ਹੈ ਨਾ? ਓਕੇ ਬੇਟੇ, ਹੋਰ ਤਾਂ ਨਹੀਂ ਕੋਈ ਸਵਾਲ ਕਿਸੇ ਦਾ? ਨਹੀਂ। ਬਾਕੀ ਕਲਾਸਾਂ ਠੀਕ ਚੱਲਦੀਆਂ ਨੇ ਹੁਣ? ਜੂਮ ਤੇ ਕਾਫੀ ਕਲਾਸਸ ਹੋ ਰਹੀਆਂ ਨੇ ਆਰਾਮ ਨਾਲ, ਆਈ ਥਿੰਕ। ਹਾਂਜੀ ਸਰ। ਇੱਕ ਦੂਜੇ ਨੂੰ ਮੋਟੀਵੇਟ ਕਰਿਆ ਕਰੋ, ਜਿਹੜੇ ਬੱਚੇ ਕਿਸੇ ਕੋਲ ਨੈਟਵਰਕ ਦੀ ਪ੍ਰੋਬਲਮ ਹੁੰਦੀ ਆ ਜਾਂ ਕਿਸੇ ਨੂੰ ਨਹੀਂ ਪਤਾ ਹੈਗਾ, ਉਹਨੂੰ ਥੋੜਾ ਬਹੁਤਾ ਇੱਕ ਦੂਜੇ ਬੱਚੇ ਜਿਹੜੇ ਤੁਹਾਡੇ ਆਪਣੇ ਸਟੂਡੈਂਟਸ ਦੇ ਗਰੁੱਪ ਬਣੇ ਹੋਏ ਨਾ, ਉੱਥੇ ਵੀ ਇੱਕ ਦੂਜੇ ਨੂੰ ਡਿਸਕਸ ਕਰਕੇ ਦੱਸ ਦਿਆ ਕਰੋ, ਅੱਜ ਆਹ ਕਲਾਸ ਹੋਈ ਸੀ, ਆਹ ਗੱਲਬਾਤ ਹੋਈ ਸੀ, ਕਈ ਵਾਰ ਬੱਚਾ ਉੱਥੋਂ ਸਿੱਖ ਲੈਂਦਾ, ਜਦੋਂ ਤੁਸੀਂ ਕਿਸੇ ਨੂੰ ਸਿਖਾਓਗੇ ਤਾਂ ਉਹ ਤੁਹਾਡਾ ਤੁਸੀਂ ਵੀ ਸਿੱਖ ਰਹੇ ਹੋਵੋਗੇ, ਜਦੋਂ ਤੁਸੀਂ ਕੋਈ ਚੀਜ਼ ਕਿਸੇ ਨੂੰ ਐਕਸਪਲੇਨ ਕਰਦੇ ਹੋ ਨਾ, ਐਕਸਪਲੇਨ ਕਰਨ ਲੱਗੇ ਤੁਹਾਡੇ ਬਹੁਤ ਸਾਰੇ ਕਨਸੈਪਟ ਆਪਦੇ ਕਲੀਅਰ ਹੋ ਜਾਂਦੇ ਨੇ। ਹੋਰ ਬੱਚੇ ਕੋਈ ਵੀ ਤੁਹਾਡਾ ਸਵਾਲ ਆ ਦੱਸੋ, ਮੋਸਟ ਵੈਲਕਮ। ਪਾਪਾ
ਹਾਂਜੀ ਬੇਟਾ ਕੋਈ ਸਵਾਲ ਤੁਹਾਡੇ ਵੱਲੋਂ? ਸਰ ਇੱਕ ਹੋਰ ਗੱਲ ਪੁੱਛਣੀ ਸੀ, ਜਿਹੜੇ ਆਪਣਾ ਪ੍ਰੈਕਟੀਕਲ ਵਰਕ ਹੈ ਸੀ ਫਿਰ ਪਾਰਟ 1 ਦਾ ਹੀ ਹੈ ਇਹ? ਯੂਨਿਟ 1 ਦਾ ਹੀ ਹੈ? ਨਹੀਂ ਪ੍ਰੈਕਟੀਕਲ ਪਾਰਟ ਬੇਟਾ ਚਾਰੋ ਯੂਨਿਟ ਦਾ ਹੈਗਾ। ਅੱਛਾ ਜੀ, ਚਾਰੋ ਯੂਨਿਟ ਜੋ ਤੁਸੀਂ ਦੇਖੋਗੇ ਨਾ, ਚਾਰੋ ਯੂਨਿਟ ਦੇ ਵਿੱਚ ਕੀ ਦੇਖੋਗੇ ਕਿ ਹਰੇਕ ਯੂਨਿਟ ਦੇ ਵਿੱਚ ਤੁਹਾਨੂੰ ਦਿੱਤਾ ਹੋਇਆ ਡਿਟੇਲ ਇਹਨਾਂ ਨੇ। ਪਹਿਲੀ ਯੂਨਿਟ ਦੇ ਵਿੱਚ ਆਪਾਂ ਇਹ ਕਰਨਾ, ਦੂਜੀ ਯੂਨਿਟ ਤੁਸੀਂ ਕੋਈ ਅਖਬਾਰ ਦਾ ਆਰਟੀਕਲ ਪੜੋਗੇ, ਅੱਛਾ ਜੀ, ਨਿਊਜ਼ ਪੇਪਰ ਦਾ ਆਰਟੀਕਲ ਪੜੋਗੇ, ਆਰਟੀਕਲ ਨੂੰ ਪੜ੍ਹ ਕੇ ਐਨਾਲਾਈਜ਼ ਕਰੋਗੇ, ਫਿਰ ਆਪਣੇ ਵੱਲੋਂ ਇੱਕ ਆਰਟੀਕਲ ਲਿਖੋਗੇ। ਇਹ ਤੁਹਾਡਾ ਪਾਰਟ 2 ਹੈ। ਯੂਨਿਟ 2 ਦੇ ਵਿੱਚ ਨਾ ਸਿਲੇਬਸ ਪੜ੍ਹ ਕੇ, ਇਹਦਾ ਸਿਲੇਬਸ ਹੀ ਇੰਨਾ ਸੋਹਣਾ ਬਣਿਆ ਹੋਇਆ ਕਿ ਤੁਸੀਂ ਇੱਕ ਇੱਕ ਲਾਈਨ ਪੜ੍ਹੀ ਜਾਓਗੇ ਤੁਹਾਨੂੰ ਸਮਝ ਲੱਗੀ ਜਾਣਾ। ਹੁਣ ਦੇਖੋ ਕੋਰੋਨਾ ਬਾਰੇ ਕਿੰਨੀਆਂ ਗੱਲਾਂ ਬਾਤਾਂ ਚੱਲ ਰਹੀਆਂ ਨੇ, ਤੁਸੀਂ ਕੋਰੋਨਾ ਬਾਰੇ ਪੜ੍ਹੋ, ਤੁਸੀਂ ਕੋਰੋਨਾ ਦੇ ਵਿੱਚ ਪੋਜ਼ਿਟਿਵ ਕਿਵੇਂ ਰਹਿਣਾ ਨਿਊਜ਼ ਪੇਪਰ 'ਚ ਉਹ ਪੜ੍ਹੋ, ਜੋ ਤੁਸੀਂ ਪੜ੍ਹੇ ਆ ਉਹਨੂੰ ਪੜ੍ਹਨ ਤੋਂ ਬਾਅਦ ਐਨਾਲਾਈਜ਼ ਕਰੋ ਕਿ ਸਪੀਕਰ ਨੇ ਗੱਲਬਾਤ ਸ਼ੁਰੂ ਕਿਵੇਂ ਕੀਤੀ, ਕਿਹੜੇ ਆਈਡੀਆ ਲੈ ਕੇ ਉਹਨੇ ਆਪਣੀ ਗੱਲ ਲਿਖੀ ਹੈ, ਕੀ ਗੱਲ ਦੇ ਵਿੱਚ ਕੋਈ ਤਰਤੀਬ ਹੈ ਜਾਂ ਨਹੀਂ ਹੈ, ਕੀ ਗੱਲ ਦੇ ਵਿੱਚ ਕੋਈ ਉਹਨੇ ਡਾਟਾ ਦਿੱਤਾ ਜਾਂ ਨਹੀਂ ਦਿੱਤਾ, ਜੇ ਡਾਟਾ ਦਿੱਤਾ ਕਰੈਕਟ ਹੈ ਜਾਂ ਇਨਕਰੈਕਟ ਹੈ, ਇਹ ਸਾਰੀਆਂ ਚੀਜ਼ਾਂ ਜੋ ਤੁਸੀਂ ਨੋਟ ਕਰਦੇ ਹੋ ਉਹ ਕੀ ਬਣ ਗਿਆ ਤੁਹਾਡਾ ਅਨਾਲਿਸਿਸ ਬਣ ਗਿਆ ਉਸ ਆਰਟੀਕਲ ਦਾ। ਫਿਰ ਉਹ ਜਿਵੇਂ 2 ਆਰਟੀਕਲ ਵਧੀਆ ਦੇਖੇ, 3 ਆਰਟੀਕਲ ਵਧੀਆ ਦੇਖੇ, ਉਹਨਾਂ 3 ਚਾਰਾਂ ਨੂੰ ਦੇਖ ਕੇ ਤੁਸੀਂ ਆਪਣਾ ਇੱਕ ਆਰਟੀਕਲ ਲਿਖ ਦੇਣਾ, ਉਹ ਤੁਹਾਡੇ ਕਾਲਜ ਦੇ ਮੈਗਜ਼ੀਨ 'ਚ ਵੀ ਤੁਸੀਂ ਦੇਣਾ, ਉਹਦੇ ਵਾਸਤੇ ਤਿਆਰੀ ਹੋ ਜਾਏਗੀ। ਆਪਣਾ ਸਾਇੰਸ ਦਾ ਲਿਖ ਲਓ, ਪੰਜਾਬੀ ਦਾ ਲਿਖ ਲਓ, ਤੁਹਾਡੇ ਮੈਥ ਦਾ ਲਿਖ ਲਓ, ਐਸ ਐਸ ਦਾ ਲਿਖ ਲਓ, ਹਿਸਟਰੀ ਕਿਸੇ ਵੀ ਸਬਜੈਕਟ ਦਾ ਲਿਖ ਲਓ, ਕਿਸੇ ਵੀ ਘਟਨਾ ਬਾਰੇ ਲਿਖ ਲਓ, ਤੁਸੀਂ ਉਹ ਕਾਲਜ ਦੇ ਮੈਗਜ਼ੀਨ ਵਾਸਤੇ ਵੀ ਦੇ ਸਕਦੇ ਹੋ, ਉਹ ਘਟਨਾ ਆਪਦੀ ਤੁਸੀਂ ਉਹ ਕਿਸੇ ਨਿਊਜ਼ ਪੇਪਰ 'ਚ ਵੀ ਦੇ ਸਕਦੇ ਹੋ ਜੇ ਦੇਣੀ ਚਾਹੋ, ਤੁਹਾਡੀ ਛਾਪ ਵੀ ਸਕਦੀ ਹੈ। ਇਹ ਤੁਹਾਡੀ ਡਿਪੈਂਡ ਕਰਦਾ ਕਿ ਕਿੰਨਾ ਵਧੀਆ ਲਿਖਿਆ ਤੁਸੀਂ। ਓਕੇ ਸਰ, ਇਹ ਤੁਹਾਡਾ ਯੂਨਿਟ ਪਾਰਟ 2 ਦਾ ਪਾਰਟ ਹੈ, ਇਸੇ ਤਰੀਕੇ ਨਾਲ ਸੀ ਤੇ ਡੀ ਚ। ਠੀਕ ਹੈ ਜੀ। ਹਾਂਜੀ ਬੱਚੇ, ਹੋਰ ਕੋਈ ਪੁਆਇੰਟ? ਬਸ ਹੋਰ ਕਿਸੇ ਬੱਚੇ ਦਾ ਕੋਈ ਸਵਾਲ ਹੋਵੇ? ਹਾਂਜੀ ਬੇਟਾ, ਕਰ ਲਈਏ ਫਿਰ ਆਪਾਂ ਕਲੋਜ਼ ਮੀਟਿੰਗ ਨੂੰ। ਕਿਸੇ ਵਿੱਚ ਕੋਈ ਸਵਾਲ ਤਾਂ ਨਹੀਂ ਹੈਗਾ ਬੇਟਾ? ਕਰ ਦੋ ਸਰ ਜੀ ਕਲੋਜ਼ ਜੀ, ਕਰ ਦਈਏ। ਪਰਪਸ ਸੋਲਵ ਹੋ ਗਿਆ, ਯੂਨਿਟ 1 ਹੋ ਜਾਏਗਾ ਹੁਣ ਆਰਾਮ ਨਾਲ। ਹਾਂਜੀ ਹਾਂਜੀ ਸਰ, ਚਲੋ ਗੁੱਡ ਹੈ। ਠੀਕ ਹੈ ਬੇਟਾ, ਥੈਂਕ ਯੂ ਵੈਰੀ ਮੱਚ। ਥੈਂਕ ਯੂ ਸਰ। ਜੇ ਕੋਈ ਵੀ ਸਵਾਲ ਹੋਵੇ ਤੁਸੀਂ ਰਿਸ਼ਪਾਲ ਸਰ ਨੂੰ ਜਾਂ ਮੈਨੂੰ ਕਾਲ ਕਰ ਸਕਦੇ ਹੋ, ਅਗਲੀ ਕਲਾਸ ਤੁਹਾਡੀ ਰਿਸ਼ਪਾਲ ਸਰ ਲੈਣਗੇ। ਠੀਕ ਹੈ ਜੀ। ਠੀਕ ਹੈ, ਚਲੋ ਓਕੇ ਬੇਟਾ, ਥੈਂਕ ਯੂ ਵੈਰੀ ਮੱਚ। ਓਕੇ ਓਕੇ।